अस्सलाम वालेकुम, प्रोग्राम तफ्तीशी के साथ मैं हूं सलमान कुरैशी। नाजरीन, मुरीद के इलाका में छोटे भाई ने बड़े भाई को शूटर की मदद से पैसे देकर मौत के घाट उतरवा दिया। पुलिस ने मुलजिम को कैसे गिरफ्तार किया और ये कत्ल की वारदात क्यों की गई, ये बताएंगे आज के प्रोग्राम तफ्तीशी में। नाजरीन, हम मौजूद हैं थाना सिटी मुरीद के में, जहां की पुलिस ने एक ऐसे उजरती कातिल को गिरफ्तार किया है जिसने छोटे भाई के कहने पर उसके बड़े भाई को मौत के घाट उतार दिया। कैसे वो गिरफ्तार हुआ, कैसे इस कत्ल की प्लानिंग हुई, इसी की जुबानी आपको सुनाते हैं। हाँ भाई, की ना आई अली रजा। अली रजा की करना है मेरे अलवे होटल दे काम करना। केड़े होटल दे? ओथे लोर। लोर करना है? हाँ जी। एते किथे रहना है? काला शकाकू। काला शकाकू रहना है? हाँ जी सर। ते कौन ही है अली शेर? ये साडे मोहल्ले दा ही है सर। दोस्त है तेरा? हाँ जी दोस्त। ठीक है, की किया सी इन्हें तेनू? इन्हें आख्या सर के मैं होटल से कुड़ी मंगाई एक 6,000 रुपये से। अच्छा। तो इस गल लग गया मेरे भरा पता। अच्छा। तो जड़ा ना उन्हें साढ़े घर दस देना, तो वो जिनी वजह तो ना मेरे भरा मार दे। अच्छा। तो तू की क्या अगो? मैं चलो करने करने पहले भी बंदे मारना है तू? नहीं सर, काम ही करना पहले। काम करना है तो फौरी मन गए बंदा मारन ते? नहीं, मीन इन्हें रमजान च आख्या मैनू। रमजान कोशिश नाकाम रही। आखिया के मार देना ਪੋਜਰੀਆਂ ਸਾਡੇ ਸਟਾਫ 'ਤੇ, ਲੇਕਿਨ ਉਹਨੇ ਇਹਨੇ ਮੈਨੂੰ ਟਾਈਮਿੰਗ ਟੂਮਿੰਗ ਦੱਸੀ ਜਾਂਦੀ ਕਿ 5 ਵਜੇ ਇਹਨੇ ਆਉਂਦਾ ਹੈ। ਕਿੰਨੇ ਪੈਸਿਆਂ 'ਚੋਂ ਡਨ ਕੀਤੀ ਹੈ ਤੂੰ? ਇਹਨੇ 15-20 ਹਜ਼ਾਰ ਤਕਰੀਬਨ। 15-20 ਹਜ਼ਾਰ 'ਚੋਂ ਬੰਦਾ ਮਾਰਨ? ਹਾਂਜੀ। ਫਿਰ ਪੈਸੇ ਇਹਨੇ ਕੋਲ ਮੈਂ ਲੈ ਲਿਆ ਐਡਵਾਂਸ। ਕਿੰਨੇ? 15,000 ਰੁਪਇਆ ਲੈ ਲਿਆ ਸੀ। ਕਿਉਂ ਚਾਹੀਦੇ ਸੀ ਇੰਨੇ ਬੜੇ ਪੈਸੇ ਤੈਨੂੰ? 15,000 ਇਕੱਠੇ ਹੀ ਲੈ ਲਿਆ? ਉਹ ਬਸ ਦੇਣ ਦਿਆ ਸੀ, ਮੈਂ ਕਹਿੰਦਾ ਐਡਵਾਂਸ ਰੱਖ ਬਾਕੀ ਕਰ ਲਾਂਗੇ। ਮੈਂ ਕਿਹਾ ਠੀਕ ਹੈ। ਕਿੰਨੇ ਚੋਂ ਡਨ, ਕਿੰਨੇ ਚੋਂ ਹੋਇਆ ਸੀ ਕਤਲ? ਇਹਨੇ ਜੀ ਤਕਰੀਬਨ ਕਿੰਨੇ ਚੋਂ? ਸਰ ਤਕਰੀਬਨ 15-20 ਹਜ਼ਾਰ ਦੇ ਵਿੱਚ। ਇਹਨੇ ਐਡਵਾਂਸ ਕੀ ਦਿੱਤਾ? 15,000 ਫੜਨ ਐਡਵਾਂਸ, ਬਾਕੀ ਕਰ ਲਾਂਗੇ। ਮੈਂ ਕਿਹਾ ਠੀਕ ਹੈ। ਅਤੇ ਰਮਜ਼ਾਨ ਦੇ ਵਿੱਚ ਤਾਂ ਨਹੀਂ ਗੱਲ ਬਣੀ। ਕੋਸ਼ਿਸ਼ ਕਹਿੰਦੀ ਕਿਵੇਂ ਕੀਤੀ ਪਹਿਲੀ ਵਾਰੀ? ਇਹਨੇ ਆਖਿਆ ਕਿ ਲੈਣਾ ਤਾਂ ਉਹਨੇ ਆਉਣਾ ਹੈ, ਉਹਨੂੰ ਜਿਹੜਾ ਨਾ ਕਿਸੇ ਤਰੀਕੇ ਜਿਹੜਾ ਨਾ ਉਹਨੂੰ ਮਾਰ ਦੇ। ਸਹੀ। ਕਿਸੇ ਮੁੰਡੇ ਨੂੰ ਕਿਹਾ ਕਿ ਜਿਸ ਤਰ੍ਹਾਂ, ਲੇਕਿਨ ਨਹੀਂ ਉਸ ਤਰ੍ਹਾਂ ਬਣਿਆ। ਤੂੰ ਗਿਆ ਉਸ ਤੋਂ ਬਾਅਦ? ਲੈਣਾ ਤੇ ਨਹੀਂ ਨਾ ਗਿਆ, ਮੈਂ ਪੈਸੇ ਲੈ ਕੇ ਫਿਰ ਨਹੀਂ ਇਹਨਾਂ ਨਾਲ ਰਾਬਤਾ 'ਚ ਰਿਹਾ, ਇਹ ਫਿਰ ਘਰ ਫੇਰੇ ਮਾਰਦਾ ਰਿਹਾ। ਅੱਛਾ। ਅਤੇ ਫਿਰ 29 ਅਪ੍ਰੈਲ ਨੂੰ ਨਾ ਇਹਨੇ ਪਲੈਨ ਬਣਾਇਆ ਕਿ ਅੱਜ ਜਿਹੜਾ ਨਾ ਇਹਨੂੰ ਮਾਰਨਾ ਹੈ। ਅੱਛਾ। ਪਿਸਟਲ ਉਹਨੇ ਮੈਨੂੰ ਇੱਕ ਦਿਨ ਪਹਿਲਾਂ ਲੈ ਕੇ ਦਿੱਤਾ। ਕਿੱਥੋਂ ਲੈ ਕੇ ਦਿੱਤਾ? ਉਹਦਾ ਦੋਸਤ ਕੋਈ ਰਹਿੰਦਾ ਉੱਥੇ? ਲਾਹੌਰੋਂ? ਨਹੀਂ, ਇੱਥੇ ਰਾਵੀ ਰਿਹਾ ਕੋਈ ਦੋਸਤ ਹੀ ਹੁੰਦਾ ਉੱਥੇ। ਤੂੰ ਨਾਲ ਗਿਆ ਸੀ? ਹਾਂਜੀ, ਮੈਂ ਵੀ ਨਾਲ। ਅੱਛਾ। ਅਤੇ ਉਹਨੂੰ ਕੀ ਕਹਿ ਕੇ ਪਿਸਤੌਲ ਦਿੱਤਾ? ਉਹਨੇ ਉਹਦਾ ਕੋਈ ਦੋਸਤ ਸੀ ਅਤੇ ਕਹਿੰਦਾ ਕੋਈ ਸ਼ਾਦੀ 'ਤੇ ਜਾਣਾ, ਉਹਨੇ ਦੇ ਦਿੱਤਾ। ਅੱਛਾ। ਇੱਕ ਗੋਲੀ ਦਿੱਤੀ ਨਾਲ ਉਹਨੇ? ਇੱਕੋ ਹੀ ਗੋਲੀ ਉਹਨੇ ਲਈ ਸੀ ਨਾਲ, ਇੱਕੋ ਹੀ? ਹਾਂਜੀ। ਅੱਛਾ। ਅਤੇ ਇਹਨੇ ਪਲਾਨ ਬਣਾਇਆ, ਮੈਂ ਆਪਣੇ ਭਾਈ ਨੂੰ ਤੇਰੇ ਨਾਲ ਕਰਾਂਗਾ, ਤੂੰ ਫਲਾਣੇ ਫਲਾਣੇ ਪਿੰਡ ਕੋਈ ਜਾਣਾ ਵੇ ਮੰਨੋ ਵਾਲੀ ਸਾਈਡ 'ਤੇ, ਉੱਥੇ ਮੋਬਾਈਲ ਲੈਣ ਦੇ ਬਹਾਨੇ ਜਾਣਾ ਹੈ, ਅਤੇ ਇਹਨੂੰ ਜਿਹੜਾ ਨਾ ਉੱਥੇ ਮਾਰ ਲਈ। ਉਹ ਹੀ ਸਰ ਟਾਈਮ 29 ਤਰੀਕ ਨੂੰ ਸ਼ਾਮ 4 ਵਜੇ ਉੱਥੇ ਰਾਵੀ ਰਿਹਾਨ ਪੌੜੀਆਂ ਥੱਲੇ ਮੈਂ ਖਲੋਤਾ, ਇਹਦਾ ਭਰਾ ਆਇਆ ਉਮਰ, ਅਤੇ ਮੈਨੂੰ ਜਾਣਦਾ ਸੀ ਉਹ। ਉਹਨੂੰ ਕੀ ਬਹਾਨਾ ਬਣਾਇਆ? ਉਹਨੂੰ ਇਹ ਕਹਾਣੀ ਸੁਣਾਈ ਸੀ, ਉਹਨੂੰ ਇਹਨੇ ਖੁਦ ਹੀ ਕਾਲ ਕੀਤੀ ਸੀ ਕਿ ਤੂੰ ਅਲੀ ਦਿਨ ਜਾ ਕੇ ਮੋਬਾਈਲ ਲੈ ਕੇ ਆਉਣ। ਉਹ ਇਸ ਤਰ੍ਹਾਂ ਹੀ ਆਇਆ ਮੈਨੂੰ, ਅਤੇ ਮੈਨੂੰ ਉੱਥੇ ਖਲੋਤਾ ਸਰ ਰਾਵੀ ਰਿਹਾਨ, ਮੈਂ ਉਹਦੇ ਨਾਲ ਬੈਠਾ ਅਤੇ ਉੱਥੇ ਤੁਰ ਗਿਆ ਮੈਨੂੰ, ਅਤੇ ਉੱਥੇ ਪੈਲੀਆਂ ਦੇ ਵਿੱਚ ਤੁਰ ਗਿਆ ਜਵਾਨ ਕੋਲ ਆ ਗਿਆ ਰਾਵੀ ਰਿਹਾਨ। ਹਾਂਜੀ। ਉਮਰ? ਹਾਂਜੀ। ਉਮਰ ਦਾ ਨਾਮ ਮੰਨੂ ਸੀ? ਮੰਨੂ ਪਿੰਡ ਗਏ ਸਰ। ਅੱਛਾ, ਮੰਨੂ ਪਿੰਡ। ਹਾਂਜੀ। ਉਮਰ ਆਇਆ ਮੇਰੇ ਕੋਲ ਮੋਟਰਸਾਈਕਲ 'ਤੇ, ਮੈਂ ਇਕੱਲਾ ਹੀ ਉਹਦੇ ਨਾਲ ਬਹਿ ਗਿਆ, ਅਤੇ ਉੱਥੇ ਗਿਆ ਫਿਰ ਪਿੰਡ। ਉਹ ਚਲਾ ਰਿਹਾ ਸੀ, ਤੂੰ ਪਿੱਛੇ ਬਹਿ ਗਿਆ? ਹਾਂ, ਮੈਂ ਪਿੱਛੇ ਬੈਠਾ। ਤੇਰੇ ਕੋਲ ਸੀ? ਹਾਂਜੀ, ਪਿਸਟਲ। ਇੱਕੋ ਹੀ ਗੋਲੀ ਸੀ? ਇੱਕੋ ਹੀ ਗੋਲੀ ਸੀ। ਠੀਕ ਹੈ। ਹਾਂਜੀ। ਫਿਰ ਉੱਥੇ ਫਿਰ ਤੁਰ ਗਏ ਪੈਲੀਆਂ ਦੇ ਵਿੱਚ ਜਵਾਰ ਦੇ ਵਿੱਚ ਜਾ ਕੇ, ਅਤੇ ਉਹਨੂੰ ਮੈਂ ਦੱਸਿਆ ਕੀ ਉਹਨੂੰ ਕੀ ਕਿਹਾ ਸੀ ਉੱਥੇ ਜਾ ਕੇ? ਉਹਨੂੰ ਮੈਂ ਆਖਿਆ ਕਿ ਪਿੰਡ ਜਾਣਾ, ਤੇਰੇ ਭਰਾ ਨੇ ਆਖਿਆ ਮੋਬਾਈਲ ਲੈਣ, ਅਤੇ ਉਹਨੂੰ ਵੀ ਪਤਾ ਸੀ ਕਿ ਮੋਬਾਈਲ ਲੈਣੀ ਅਸੀਂ ਜਾ ਰਹੇ ਹਾਂ ਪਿੰਡ ਦੇ ਵਿੱਚ। ਸਹੀ ਹੈ। ਠੀਕ। ਹਾਂਜੀ। ਉੱਥੇ ਫਿਰ ਰਾਹ ਦੇ ਵਿੱਚ ਜਵਾਰ ਆਈ ਵੱਡੀ, ਉੱਥੇ ਉਹਨੂੰ ਮੈਂ ਖਿਲਾ ਰਿਹਾ। ਹੁਣ ਮੈਂ ਦੱਸਿਆ ਕਿ ਤੇਰਾ ਭਰਾ ਤੈਨੂੰ ਮਾਰਨਾ ਚਾਹੁੰਦਾ, ਇਹ ਕਹਿੰਦਾ ਨਹੀਂ ਮੈਨੂੰ ਯਕੀਨ,
उस टाइम मैंने फ़ोन किया कि हाँ भाई मार देता है कि नहीं, तो फोन मैं कटता उनका फोन ही सी उमर का। अच्छा, सुने आने उमर? हाँ जी हाँ जी। उमर दे फोन ते फोन किता। अच्छा तू चुके है? मैं चुके लाउड करके उन्होंने सुनाया उमर नू, उन यकीन ना आया। ते उस बाद फिर मेरे वो आके तू इल्जाम ला दे मेरे भरा। तू क्यों सुना रहा सी उमर नू? उमर नू दसना चाहना सा मैं मरण तो पहले। हाँ जी सर। के सुन जा तेरा भरा की चंदा। हाँ जी सर। बस ऐ चंदा सी। हाँ जी। अच्छा ते फिर वो मेरे हथी पाई होया की पैदा होया मरण तो पहले उन सुना रहे हैं उन्हू यहां ते मारदा ना ना चल गया चला दिता सीने च वज गई गोली होंगे तो मैं उस डर के फिर मोटरसाइकिल उनका मोबाइल फड़ के फिर भज गया। अली शेर को आया उत्थे जाके मैं फोन किया उनके भरा दे नंबर ते उन्हें मैनू 2000 रुपया दिता ते आखे कि तू दूर भज जा कि तू जरा ना इतने ना रह। सही। मैं उस पैसे लैके मोबाइल उन्हें लैके तुर गया कितने तमाना वाले ते तकरीबन 4-5 दिन तमाना वाले कौन रहंदा है? मामू रहंदा सी। अच्छा मामे दे घर चला गया। हाँ जी 4-5 दिन बाद उन्हें फोन किया उन्हें आख्या कि पुलिस जरा ना ट्रेस कर दी भी नंबर तू नंबर ना ऑन कर कोई भी तो मोबाइल भी बंद कर दे मोबाइल ट्रेस हो रहा तो मोटरसाइकिल के नंबर पेटा ला दे ला के तो सुट दे तो मोटरसाइकिल भी परचा वे तो मैं पैसे नहीं गल की जाना तेन को नंबर दे अपना पैसे तेन जरा ना होते पैसा जो भी कर दाँगा किन्ने पैसे ये नहीं उन्होंने दसिया क्या कर दाँगा तेन तकरीबन 3-4 दिन रहा इन्हें मेरा रबता नहीं है सिर्फ लास्ट जी कॉल की मैं रिकॉर्ड कर ली थी ते फिर तकरीबन 11 तरीक न पुलिस ने अरेस्ट कर लिया मैंने। सर ने आख्या सही गल दसेंगा तेन कुछ नहीं कहांगे जो कोई झूठ मारेगा तो फिर तेन असि मारांगे मैं फिर मैं कर सकता मैं सही गल दस दाँगा तो मैं सही गल दसी फिर मोटरसाइकिल भी उसकी मकतूल की जी बरामद कराई तो दस छड़िया सीधी गल जी है सारी गल। हाँ जी सर। की करना सी जो उजरत दे पैसे कतल करके शूटर है तू की करने सी ये पैसे तू वो सर पहला ही लग लुग गए वो तो लग गए सी केड़ी एडी मतलब जरूरत सी जो तू कतल करने पैसे लेते है बहुत ज्यादा कोई खाना छाना नहीं घर च पकदा सी बहुत गुरबत हैगी सी की सी नहीं पकदा ही खाना ते बस कम भी लग गया सी तू रोजगार भी गा सी ना तेरा। हां जी होटल ते मुलाजमत करदा सी तनखा भी मिलदी सी उत्थे मिलदी सी टिप भी मिलदी होनी मिलदी ते फिर वो बस पता नहीं लगा सर इन्ने दे पैसे वास्ते किसे दा पुत्तर मारता है। हां जी सर पैसे लाके कतल कर मिले तेनू ऐद तो बाद मां प्यो नहीं मिले हले नहीं आ सकते कौन मिले बुढ़े भाई मिले से की कहंदा भाई भाई कहंदा ही कहंदा मल्ले वाले सारे गल्लां करदे पे ने तेरी वजह तो तंग करदे ने गलत कर रहे ना मल्ले वाले ऐ थोड़ी करना चाहिए की करना चाहिए उन्हां नू मल्ले वाले भी अपनी जगह ठीक ने सर। अच्छा लेकिन बस गलती मेरी वजह तो उन्हां नू भी भुगतना पै रहा
ਕੋਈ ਅਹਿਸਾਸ ਨਹੀਂ ਹੋਇਆ ਪੂਰੀ ਪੂਰੀ ਤੂੰ ਮੰਨ ਗਿਆ ਕਤਲ ਦੀ ਵਾਰਦਾਤ ਕਰਤੀ ਉਮਰ ਕਿੰਨੀ ਤੇਰੀ 21 ਸਾਲ ਦੀ ਉਮਰ ਚ ਕਤਲ ਕੀਤਾ ਔਰ ਉਹ ਵੀ ਕੋਈ ਤੇਰੀ ਪਰਸਨਲ ਕੋਈ ਅਦਾਵਤ ਨਹੀਂ ਕੋਈ ਗੈਰਤ ਦਾ ਮਾਮਲਾ ਨਹੀਂ ਐਵੇਂ ਕਤਲ ਕਰਤਾ ਪੈਸੇ ਲੈ ਕੇ ਕੀਤਾ ਕੀ ਉਹ ਪੈਸਿਆਂ ਦਾ 15,000 ਰੁਪਿਆ ਕਿੱਥੇ ਲਾਇਆ ਪਹਿਲੇ ਵਾਲਾ ਜਿਹੜਾ ਐਡਵਾਂਸ ਮਿਲਿਆ ਸੀ ਕਦੋਂ ਸ਼ਰੀਫ ਆਦਮੀ ਨੇ ਬਸ ਅੱਬਾ ਕੀ ਕਰਦਾ ਤੇਰਾ ਅੱਬਾ ਸਰ ਬੈਂਕ ਚ ਗਾਰਡ ਹੈਗੇ ਪਹਿਲਾਂ ਸਰ ਪਤਾ ਨਹੀਂ ਲੱਗਾ ਅਕਲ ਤੇ ਪਰਦਾ ਪੈ ਗਿਆ ਸੀ ਅੱਛਾ ਤਾਂ ਵਾਸਤੇ ਬਹੁਤ ਵੱਡੀ ਰਕਮ ਸੀ ਨਹੀਂ ਸਰ ਜਿਹੜੀ ਤੈਨੂੰ ਆਫਰ ਹੋਈ ਸੀ ਜੇ ਕਦੀ ਜ਼ਿੰਦਗੀ 'ਚ ਨਹੀਂ ਵੇਖੀ ਕਿੰਨੀ ਤਨਖਾਹ ਤੇਰੀ ਸਰ 18-20 ਹਜ਼ਾਰ ਬਸ ਅਤੇ ਉਹ ਤੇਰੇ ਨਾਲ ਮਿਲਦੀ ਜੁਲਦੀ ਹੈ 18-20 ਹਜ਼ਾਰ ਮਹੀਨੇ ਬਾਅਦ ਜਿਹਨੂੰ ਮਿਲਦਾ ਉਹ ਬੰਦਾ ਕਤਲ ਕਰਨ ਦਾ 18-20 ਹਜ਼ਾਰ ਜਾਂ 15-20 ਹਜ਼ਾਰ ਰੁਪਇਆ ਕਿਉਂ ਲਏਗਾ ਉਹ ਨਹੀਂ ਬਸ ਸਰ ਸਮਝ ਵੀ ਨਹੀਂ ਆਈ ਉਸ ਟਾਈਮ 'ਤੇ ਬਸ ਐਵੇਂ ਜਿਹੜਾ ਨਾ ਐਵੇਂ ਜਿਹੜਾ ਕੀ ਐਵੇਂ ਹੀ ਮੈਂ ਕਿਹਾ ਕਤਲ ਹੋ ਗਿਆ ਬਸ ਮੈਂ ਸੋਚਿਆ ਹੀ ਨਹੀਂ ਸੀ ਕਦੀ ਸਰ ਕਿਸ ਤਰ੍ਹਾਂ ਮੈਂ ਇੱਥੇ ਹੋਵਾਂਗਾ ਤੇ ਹੁਣ ਇੱਥੇ ਆ ਕੀ ਲੱਗਦਾ ਇੱਥੇ ਆ ਕੇ ਇੱਥੇ ਆ ਕੇ ਸਰ ਬਹੁਤ ਬੁਰਾ ਲੱਗਦਾ ਆਪਣੇ ਆਪ ਤੋਂ ਵੀ ਨਫ਼ਰਤ ਹੁੰਦੀ ਹੈ ਸਰ ਅਤੇ ਇਹ ਹੀ ਜੋ ਮੈਸੇਜ ਹੈਗਾ ਕਿ ਸਾਰਿਆਂ ਨੂੰ ਕਿ ਬਈ ਇਸ ਤਰ੍ਹਾਂ ਦਾ ਕੰਮ ਅਗਰ ਕੋਈ ਕਰਨਾ ਚਾਹੇ ਵੀ ਤੇ ਨਾ ਕਰੇ ਤੇ ਭਰਾ ਨੂੰ ਕਿਉਂ ਭੇਜਿਆ ਸੀ ਇਹਦੇ ਨਾਲ ਮੋਬਾਈਲ ਮੇਰਾ ਗੁੰਮ ਗਿਆ ਤੇ ਮੋਬਾਈਲ ਇਹਨੇ ਕਾਫੀ ਲੋਕਾਂ ਨੂੰ ਮੈਂ ਕਿਹਾ ਸੀ ਦੋਸਤਾਂ ਨੂੰ ਤੇ ਪਿਸਤੌਲ ਜਿਹੜਾ ਲੈ ਕੇ ਦਿੱਤਾ ਹੀ ਇਹਨੂੰ ਉਹ ਕਿਸ ਵਾਸਤੇ ਲੈ ਕੇ ਦਿੱਤਾ ਸੀ ਜਿਹਦੇ ਨਾਲ ਤੇਰੇ ਭਰਾ ਨੂੰ ਉਹਨੇ ਕਤਲ ਕੀਤਾ ਉਹ ਜਿਹਦੇ ਕੋਲ ਇਹਨੇ ਲਿਆ ਹੈ ਉਹ ਬੰਦਾ ਜਿੱਥੋਂ ਦਾ ਹੈਗਾ ਇੱਕ ਦਿਨ ਪਹਿਲੇ ਜਾ ਕੇ ਮੇਰੇ ਨਾਲ ਆਉਂਦਾ ਮੈਨੂੰ ਕੰਮ ਹੈ ਉਹਦੇ ਕੋਲ ਮੈਂ ਕੁਛ ਸ਼ੈ ਲੈਣੀ ਹੈ ਨਾਜ਼ਰੀਨ ਕੀ ਇੰਤਹਾਈ ਸ਼ਾਤਿਰ ਮੁਲਜ਼ਮ ਹੈ ਤਮਾਮ ਸਬੂਤ ਵੀ ਪੁਲਿਸ ਕੇ ਪਾਸ ਮੌਜੂਦ ਹੈ ਇਸਕੀ ਰਿਕਾਰਡਿੰਗ ਜੋ ਇਹ ਉਜਰਤੀ ਕਾਤਿਲ ਕੇ ਸਾਥ ਗੁਫ਼ਤਗੂ ਕਰ ਰਹਾ ਹੈ ਜਿਸ ਮੇ ਯੇ ਉਸੇ ਬਤਾ ਰਹਾ ਹੈ ਕਿ ਵਹਾਂ ਸੇ ਛੁਪ ਜਾਓ ਉਸਕਾ ਨੰਬਰ ਟਰੇਸ ਹੋ ਰਹਾ ਹੈ ਨੰਬਰ ਪਲੇਟੇ ਉਤਾਰ ਦੋ ਲੇਕਿਨ ਅਬ ਯੇ ਮੁਸਲਸਲ ਇਸ ਬਾਤ ਸੇ ਇਨਕਾਰੀ ਹੈ